ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹਨੀ ਵੈਦ। ਹੋਪ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ ਅਤੇ ਹੈਲਦੀ ਫੂਡ ਖਾਂਦੇ ਹੋਵੋਗੇ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇੱਕ ਬਿਮਾਰੀ ਦਾ ਇਲਾਜ ਦੇਸੀ ਦਵਾਈ ਰਾਹੀਂ ਕਰਦੇ ਹਾਂ। ਜਿੱਦਾਂ ਕਿ ਤੁਹਾਨੂੰ ਆਪਾਂ ਅੱਜ ਆਪਣੇ ਬਾਰੇ ਦੱਸਦੇ ਹਾਂ ਕਿ ਆਪਣਾ ਪਿਛਲੇ 4 ਪੁਸ਼ਤਾਂ ਤੋਂ ਆਪਣਾ ਦਵਾਖਾਨਾ ਚੱਲਦਾ ਆ ਰਿਹਾ ਹੈ, ਜਿਨ੍ਹਾਂ ਦੇ ਵਿੱਚ ਵੈਦ ਫੱਦਰ, ਵੈਦ ਤਾਨੀ, ਵੈਦ ਫਤਿਹਦੀਨ, ਵੈਦ ਸ਼ਰੀਫਦੀਨ ਅਤੇ ਅੱਗੇ ਨੂੰ ਹੁਣ ਮੈਂ ਵੈਦ ਹਨੀ ਦੇਸੀ ਦਵਾਈਆਂ ਦਾ ਕੰਮ ਕਰਦੇ ਆ ਰਹੇ ਹਾਂ। ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਾਂ। ਆਪਣਾ ਪਲੇਟਫਾਰਮ ਔਨਲਾਈਨ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ 'ਤੇ ਲੈ ਕੇ ਆਏ ਹਾਂ, ਜਿਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਅਤੇ ਉਸ ਤੋਂ ਬਾਅਦ ਆਪਾਂ ਥੋੜ੍ਹੀ ਰੀਲਸ ਬਣਾਉਂਦੇ ਹਾਂ ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਦੇਸੀ ਜੜੀ ਬੂਟੀਆਂ ਤੋਂ ਆਪਾਂ ਦਵਾਈਆਂ ਕਿੱਦਾਂ ਤਿਆਰ ਕਰਦੇ ਹਾਂ। ਬਣੇ ਰਹੋ ਆਪਣੀ ਵੀਡੀਓ ਦੇ ਵਿੱਚ। ਦੋਸਤੋ, ਆਪਾਂ ਥੋੜ੍ਹੇ ਜਿਹੇ ਲੇਟ ਹੋ ਗਏ, ਆਪਣੇ ਕੋਲ ਕਸਟਮਰ ਆ ਗਏ ਸੀ ਦੇਸੀ ਦਵਾਈ ਲੈਣ ਵਾਸਤੇ। ਆਪਾਂ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਪੈਸ਼ਲੀ ਤੁਹਾਨੂੰ ਦਿਖਾਉਂਦੇ ਹਾਂ ਕਿ ਆਪਾਂ ਦੇਸੀ ਜੜੀ ਬੂਟੀਆਂ ਤੋਂ ਕਿੱਦਾਂ ਦਵਾਈ ਤਿਆਰ ਕਰਦੇ ਹਾਂ। ਬਣੇ ਰਹੋ ਆਪਣੀ ਵੀਡੀਓ ਦੇ ਨਾਲ। ਹਾਂਜੀ ਮਿੱਤਰੋ, ਆਪਾਂ ਲੱਗੇ ਹਾਂ ਜੀ ਆਪਣੀ ਦਵਾਈਆਂ ਤਿਆਰ ਕਰਨ, ਜਿਹੜੀ ਕਿ ਆਪਾਂ ਅੱਜ ਤਿਆਰ ਕਰਨ ਲੱਗੇ। ਆਪਾਂ ਗੱਠੀ ਦੀ ਦਵਾਈ ਤਿਆਰ ਕਰਨ ਲੱਗੇ, ਜਿਹਦੇ ਵਿੱਚ ਆਪਾਂ ਆਪਣਾ ਸਾਰਾ ਸਮਾਨ ਰੱਖ ਲਿਆ, ਪੂਰਾ ਤੋਲ ਕੇ ਸਾਰਾ ਚੀਜ਼ਾਂ ਜਿਹਨੇ ਇਨਕਲੂਡ ਪੈਣਾ ਹੈ। ਲਓ ਜੀ, ਹੁਣ ਆਪਾਂ ਲੱਗੇ ਹਾਂ ਥੋੜ੍ਹਾ ਥੋੜ੍ਹਾ ਸਮਾਨ ਤਿਆਰ ਕਰਨ। ਹਾਂਜੀ ਦੋਸਤੋ, ਆਪਾਂ ਆਪਣੀ ਗੱਠੀ ਦਵਾਈ ਕਰ ਲਈਏ ਤਿਆਰ, ਅਤੇ ਕੁਛ ਕੁ ਦਵਾਈਆਂ ਆਪਣੀਆਂ ਚੱਕੀ 'ਤੇ ਪਿਹਾਉਣ ਵਾਲੀਆਂ, ਜਿਨ੍ਹਾਂ ਨੂੰ ਆਪਾਂ ਘਰ ਨਹੀਂ ਪੀ ਸਕਦੇ। ਹੁਣ ਆਪਾਂ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਚੱਕੀ 'ਤੇ। ਆ ਜਾਓ ਮਿੱਤਰੋ, ਆਪਾਂ ਆਪਣੀ ਗੱਡੀ ਨੂੰ ਕਰਦੇ ਹਾਂ ਸੈਲਫ, ਕਰਦੇ ਹਾਂ ਆਪਾਂ ਸਟਾਰਟ। 4 ਦਿਨ ਤੋਂ ਆਪਣੀ ਗੱਡੀ ਬੰਦ ਖੜ੍ਹੀ ਆ, ਅੱਜ ਆਪਾਂ ਬਹੁਤ ਦਿਨਾਂ ਬਾਅਦ ਸਟਾਰਟ ਕਰਨ ਲੱਗੇ ਹਾਂ। ਹੋ ਗਈ ਮਿੱਤਰੋ, ਹੋ ਗਈ ਪਹਿਲੀ ਵਾਰ ਦੀ ਸਟਾਰਟ, ਅਤੇ ਆਪਾਂ ਹੁਣ ਚੱਲਦੇ ਹਾਂ, ਤੁਹਾਨੂੰ ਮਿਲਾਉਂਦੇ ਹਾਂ ਅੱਗੇ ਜਾਂਦੇ ਹੋਏ। A few moments later. ਲਓ ਵੀ ਮਿੱਤਰੋ, ਆਪਣਾ ਕੰਮ ਨਿਬੜ ਗਿਆ। ਚੱਕੀ 'ਤੇ ਆਪਾਂ ਦਵਾਈਆਂ ਆਪਣੀਆਂ ਰੱਖਤੀਆਂ, ਕਹਿੰਦਾ ਵੀ ਕੱਲ੍ਹ ਨੂੰ ਮਿਲਣਗੀਆਂ। ਹੁਣ ਆਪਾਂ ਕੱਲ੍ਹ ਨੂੰ ਆ ਕੇ ਚੱਕ ਲੈ ਜਾਂਗੇ। ਬਾਕੀ ਹੋਰ ਸਾਡੀ ਨਵੀਂ ਨਵੀਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਇੰਸਟਾ ਅਤੇ ਫੇਸਬੁੱਕ 'ਤੇ ਸਾਨੂੰ ਫੋਲੋ ਕਰੋ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਸਾਡੇ ਲੈਵਲ ਦੇ ਨੀ ਹਾਰ।